ਕਮਲ ਦੇ ਫੁੱਲ ਵਾਲਾ ਬਟਨ ਦਬਾਓ, ਆਪਾਂ ਆਪਣੇ ਭਾਈ ਨੂੰ ਕਾਮਯਾਬ ਕਰੋ, ਹੰਸਰਾਜ ਹੰਸ ਨੂੰ। ਪਹਿਲਾਂ ਤਾਂ ਮੇਰੇ ਪਿਆਰੇ ਸ਼ਹਿਰ ਨੂੰ ਸਤਿ ਸ਼੍ਰੀ ਅਕਾਲ। ਬਹੁਤ 2-2.5 ਮਹੀਨੇ ਬਾਅਦ ਮੈਂ ਆਇਆ ਇੱਥੇ, ਔਰ ਮੇਰਾ ਹਲਕਾ ਤਾਂ ਫਰੀਦਕੋਟ ਹੈ, ਬਾਬਾ ਜੀ ਬਾਬਾ ਫਰੀਦ ਗੰਜੇ ਸ਼ਕਰ ਦਾ ਸ਼ਹਿਰ। ਉੱਥੇ ਮੈਂ ਸਾਰੇ ਬੂਥਾਂ 'ਤੇ ਜਾ ਰਿਹਾ, ਹੁਣ ਪਹਿਲਾਂ ਵੀ ਗੇੜਾ ਮਾਰ ਕੇ ਆਇਆ। ਬਹੁਤ ਜਲਦੀ ਫਰੀਦਕੋਟ ਫਰੀਦਕੋਟ ਵਾਸੀਆਂ ਨੂੰ, ਭੈਣਾਂ ਭਰਾਵਾਂ ਨੂੰ ਗੁਜ਼ਾਰਿਸ਼ ਹੈ ਕਿ ਜਲਦੀ ਘਰਾਂ ਤੋਂ ਨਿਕਲੋ, ਬਿਨਾਂ ਕਿਸੇ ਡਰ ਖੌਫ ਦੇ ਵੋਟਿੰਗ ਕਰੋ, ਕਮਲ ਦੇ ਫੁੱਲ ਵਾਲਾ ਬਟਨ ਦਬਾਓ, ਆਪਾਂ ਆਪਣੇ ਭਾਈ ਨੂੰ ਕਾਮਯਾਬ ਕਰੋ, ਹੰਸਰਾਜ ਹੰਸ ਨੂੰ। ਜਲੰਧਰ ਵਿੱਚ ਰਿੰਕੂ ਅਟਵਾਲ ਸਾਹਿਬ ਨੂੰ ਵੋਟਿੰਗ ਕਰੋ, ਔਰ ਪੂਰੇ ਪੰਜਾਬ 'ਚ ਕਮਲ ਦਾ ਫੁੱਲ ਖਿਲਣਾ ਚਾਹੀਦਾ। ਤੁਸੀਂ ਕਹਿ ਰਹੇ ਹੋ ਕਿ ਬਈ ਦਿੱਕਤਾਂ ਦਾ ਸਾਹਮਣਾ ਕਾਫੀ ਕਰਨਾ ਪਿਆ, ਕਿਹੋ ਜਿਹੀਆਂ ਦਿੱਕਤਾਂ ਰਹੀਆਂ ਤੁਹਾਡੀਆਂ? ਮੈਂ ਦੱਸ ਨਹੀਂ ਸਕਦਾ, ਮੇਰੇ ਕੋਲ ਲਫ਼ਜ਼ ਨਹੀਂ, ਅੱਜ ਨਹੀਂ ਫਿਰ ਕਿਤੇ ਗੱਲ ਕਰਾਂਗੇ। ਮੇਰੀ ਬਸ ਇੱਕੋ ਹੀ ਹੈ ਕਿ ਸ਼ੁਕਰ ਹੈ ਮਾਲਕ ਦਾ, ਅੱਜ ਤੱਕ ਠੀਕ ਹੋ ਗਿਆ। ਕੱਲ੍ਹ ਬੂਥ ਪੋਲਿੰਗ ਬੂਥ ਵਗੈਰਾ ਵੀ ਤੋੜ ਦਿੱਤੇ ਗਏ ਸੀ, ਥੋੜ੍ਹਾ ਖੌਫ ਚ ਆਏ ਸੀ, ਲੇਕਿਨ ਪ੍ਰਸ਼ਾਸਨ ਨੇ, ਇਲੈਕਸ਼ਨ ਕਮਿਸ਼ਨ ਦਾ ਥੈਂਕ ਯੂ, ਉਹਨਾਂ ਨੇ ਸੰਭਾਲ ਲਿਆ ਸਾਰਾ ਕੁਛ। ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ, ਲੇਕਿਨ ਮੁਹੱਬਤ ਨਾਲ ਰਹਿਣਾ, ਪਿਆਰ ਨਾਲ ਰਹਿਣਾ। ਕੋਈ ਭਾਈ ਗੁੱਸੇ 'ਚ ਵੀ ਆ, ਤੁਸੀਂ ਗੁੱਸੇ ਵਿੱਚ ਨਹੀਂ ਆਉਣਾ। ਹਲਕਾ ਫਰੀਦਕੋਟ ਦੇ ਵਾਸੀ ਹੋ, ਮੈਂ ਇਕੱਲੀ ਇਕੱਲੀ ਜਗ੍ਹਾ ਹੁਣੇ ਇੱਥੋਂ ਭੱਜ ਰਿਹਾ, ਜਲੰਧਰੋਂ ਵੋਟਿੰਗ ਹੋ ਗਈ ਹੈ ਮੇਰੀ। ਪਹਿਲਾਂ ਵੀ ਸਵੇਰੇ ਵੀ ਮੈਂ ਗੇੜਾ ਮਾਰ ਕੇ ਗਿਆ, ਇੱਕ ਇੱਕ ਬੂਥ 'ਤੇ ਮੈਂ ਤੁਹਾਡੇ ਦਰਸ਼ਨ ਕਰਨ ਆ ਰਿਹਾ। ਲੇਕਿਨ ਜਲਦੀ ਘਰਾਂ ਤੋਂ ਨਿਕਲ ਕੇ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ, ਔਰ ਮਾਲ ਵਿੱਚ ਕਮਲ ਦਾ ਫੁੱਲ ਖਿੜਨਾ ਚਾਹੀਦਾ। ਨਹੀਂ ਅੱਜ ਤਾਂ ਥੋੜ੍ਹਾ ਮੌਸਮ ਠੀਕ ਆ, ਥੋੜ੍ਹਾ ਡਾਊਨ ਆ, ਔਰ ਜਿੱਦਾਂ ਜਿੱਦਾਂ ਨਿਕਲਣਗੇ ਉੱਦਾਂ ਉੱਦਾਂ ਠੰਡੀ ਠੰਡੀ ਹਵਾ ਚੱਲੂਗੀ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪੰਜਾਬ ਵਾਸੀਆਂ ਨੂੰ? ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਵੋਟਿੰਗ ਕਰੋ, ਤੀਜੀ ਵਾਰੀ NDA ਦੀ ਸਰਕਾਰ ਬਣਾਓ, ਔਰ ਹਮਾਰੇ ਸਾਡੇ ਪਿਆਰੇ ਪ੍ਰਧਾਨ ਮੰਤਰੀ ਜੀ ਨਰਿੰਦਰ ਭਾਈ ਮੋਦੀ ਜੀ ਨੂੰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਓ। ਹਾਂਜੀ, ਕਿੰਨੇ ਪਰਸੈਂਟ ਨਾਲ ਤੁਸੀਂ ਸੋਚ ਰਹੇ ਹੋ ਕਿ ਬਈ ਜਿੱਤ ਤੁਹਾਡੀ ਹੋ ਸਕਦੀ ਹੈ? ਮੈਂ ਬਹੁਤ ਪੋਜ਼ਿਟਿਵ ਹੀ ਸੋਚ ਰਿਹਾ, ਬਹੁਤ ਅੱਛਾ ਮਾਰਜਨ ਨਾਲ ਜਿੱਤਾਂਗੇ ਆਪਾਂ, ਕਿਉਂਕਿ ਬਹੁਤ ਲੋਕ ਐਕਸਾਈਟਡ ਨੇ। ਜਿੰਨੀਆਂ ਤਕਲੀਫਾਂ ਆਈਆਂ ਉਹਨਾਂ ਹੀ ਲੋਕਾਂ ਨੇ ਪਿਆਰ ਵੀ ਦਿੱਤਾ। ਮੈਂ ਉਹਨਾਂ 'ਚ ਕਰੋੜਾਂ ਲੋਕਾਂ ਨੂੰ, ਲੱਖਾਂ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਕਿ ਮੈਂ ਜ਼ਿੰਦਾ ਰਹਾਂ ਔਰ ਮੈਂ ਤੁਹਾਡੇ ਵਿੱਚ ਰਹਾਂ, ਅੱਜ ਤੱਕ ਮਾਲਕ ਦੀ ਕਿਰਪਾ ਆ। ਮੈਂ ਹਲਕਾ ਫਰੀਦਕੋਟ ਵਾਸੀਆਂ ਨੂੰ ਫਿਰ ਅਪੀਲ ਕਰੂੰਗਾ, ਹੱਥ ਜੋੜ ਕੇ, ਕਿ ਜਲਦੀ ਘਰਾਂ ਤੋਂ ਨਿਕਲੋ, ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ, ਔਰ ਕਮਲ ਦੇ ਫੁੱਲ ਨੂੰ ਇੱਕਦਮ ਮਾਲ ਵਿੱਚ ਖੜਾ ਦਿਓ, ਅਤੇ ਠੰਡੀਆਂ ਠੰਡੀਆਂ ਹਵਾਵਾਂ ਚੱਲ। ਕਮਲ ਦੇ ਫੁੱਲ ਵਾਲਾ ਬਟਨ ਦਬਾਓ, ਆਪਾਂ ਆਪਣੇ ਭਾਈ ਨੂੰ ਕਾਮਯਾਬ ਕਰੋ, ਹੰਸਰਾਜ ਹੰਸ ਨੂੰ। ਪਹਿਲਾਂ ਤਾਂ ਮੇਰੇ ਪਿਆਰੇ ਸ਼ਹਿਰ ਨੂੰ ਸਤਿ ਸ਼੍ਰੀ ਅਕਾਲ। ਬਹੁਤ 2-2.5 ਮਹੀਨੇ ਬਾਅਦ ਮੈਂ ਆਇਆ ਇੱਥੇ, ਔਰ ਮੇਰਾ ਹਲਕਾ ਤਾਂ ਫਰੀਦਕੋਟ ਹੈ, ਬਾਬਾ ਜੀ ਬਾਬਾ ਫਰੀਦ ਗੰਜੇ ਸ਼ਕਰ ਦਾ ਸ਼ਹਿਰ। ਉੱਥੇ ਮੈਂ ਸਾਰੇ ਬੂਥਾਂ 'ਤੇ ਜਾ ਰਿਹਾ, ਹੁਣ ਪਹਿਲਾਂ ਵੀ ਗੇੜਾ ਮਾਰ ਕੇ ਆਇਆ। ਬਹੁਤ ਜਲਦੀ ਫਰੀਦਕੋਟ ਵਾਸੀਆਂ ਨੂੰ, ਭੈਣਾਂ ਭਰਾਵਾਂ ਨੂੰ ਗੁਜ਼ਾਰਿਸ਼ ਹੈ ਕਿ ਜਲਦੀ ਘਰਾਂ ਤੋਂ ਨਿਕਲੋ, ਬਿਨਾਂ ਕਿਸੇ ਡਰ ਖੌਫ ਦੇ ਵੋਟਿੰਗ ਕਰੋ, ਕਮਲ ਦੇ ਫੁੱਲ ਵਾਲਾ ਬਟਨ ਦਬਾਓ, ਆਪਾਂ ਆਪਣੇ ਭਾਈ ਨੂੰ ਕਾਮਯਾਬ ਕਰੋ, ਹੰਸਰਾਜ ਹੰਸ ਨੂੰ।